ਲੁਧਿਆਣਾ ਪੁਲਿਸ ਨੇ ਇੱਕ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਹੈ, ਜਿਸ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਹੈ। ਮੀਡੀਆ ਨਾਲ ਗੱਲਬਾਤ ਕਰਦੇ ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਪੁਸ਼ਪਿੰਦਰ ਕੌਰ ਨੇ ਨਾਜਾਇਜ਼ ਸਬੰਧਾਂ ਦੇ ਚਲਦੇ ਆਪਣੇ ਹੀ ਪਤੀ ਦਾ ਕਤਲ ਕਰਵਾ ਦਿੱਤਾ। ਪੁਸ਼ਪਿੰਦਰ ਕੌਰ ਇੱਕ ਅਕੈਡਮੀ 'ਚ ਕੰਮ ਕਰਦੀ ਹੈ, ਜਿਸ ਨੂੰ ਅਕੈਡਮੀ 'ਚ ਹੀ ਪੜ੍ਹਨ ਆਉਂਦੇ ਇੱਕ ਸਟੂਡੈਂਟ ਨਾਲ ਪਿਆਰ ਹੋ ਗਿਆ, ਜਿਸ ਦੇ ਬਾਰੇ ਜਦੋਂ ਉਸਦੇ ਪਤੀ ਹਰਵਿੰਦਰਪਾਲ ਸਿੰਘ ਨੂੰ ਪਤਾ ਲੱਗਾ ਤਾਂ ਪੁਸ਼ਪਿੰਦਰ ਕੌਰ ਨੇ ਆਪਣੇ ਬੁਆਏਫ੍ਰੈਂਡ ਨੂੰ ਦੱਸਿਆ ਕਿ ਉਸਦਾ ਪਤੀ ਉਸ ਨਾਲ ਰੋਜ਼ ਝਗੜਾ ਕਰਦਾ ਹੈ। ਇਸ ਤੋਂ ਬਾਅਦ ਮਹਿਲਾ ਅਤੇ ਉਸਦੇ ਬੁਆਏਫ੍ਰੈਂਡ ਨੇ ਇੱਕ ਪਲਾਨ ਬਣਾ ਕੇ 3 ਲੱਖ 'ਚ ਇੱਕ ਕਿਲਰ ਨੂੰ ਹਾਇਰ ਕੀਤਾ, ਜਿਸ ਵਿੱਚ ਕਿਲਰ ਨੂੰ 1 ਲੱਖ ਐਡਵਾਂਸ ਦੇ ਦਿੱਤਾ ਅਤੇ 2 ਲੱਖ ਕੰਮ ਕਰਨ ਤੋਂ ਬਾਅਦ ਦੇਣ ਲਈ ਕਿਹਾ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਨਵੈਸਟੀਗੇਸ਼ਨ ਦੌਰਾਨ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਅਗਸਤ ਦੀ ਰਾਤ ਨੂੰ ਲੁਧਿਆਣੇ ਦੇ ਵਿੱਚ ਇੱਕ ਹਰਵਿੰਦਰਪਾਲ ਸਿੰਘ ਨਾਂ ਦੇ ਬੰਦੇ ਦਾ ਮਰਡਰ ਹੋ ਗਿਆ ਸੀ, ਲੇਕਿਨ ਇਸ ਦੀ ਇਹਨਾਂ ਨੇ ਪੁਲਿਸ ਨੂੰ ਇਤਲਾਹ ਨਹੀਂ ਦਿੱਤੀ ਹੈ। ਅਗਲੇ ਦਿਨ ਇਹਦੀ ਪਤਨੀ ਵੱਲੋਂ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਇਹਦਾ ਸੰਸਕਾਰ ਕਰ ਦਿੱਤਾ ਅਤੇ ਉਸ ਤੋਂ 20 ਦਿਨ ਬਾਅਦ ਇਹਦੀ ਮਰਨ ਵਾਲੇ ਦੀ ਮਦਰ ਨਸੀਬ ਕੌਰ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ਕਿ ਜੋ ਉਹਦੇ ਬੇਟੇ ਦੀ ਮੌਤ ਹੋਈ ਹੈ ਉਹ ਕੁਦਰਤੀ ਮੌਤ ਨਹੀਂ ਹੈ, ਬਲਕਿ ਉਸਨੂੰ ਸ਼ੱਕ ਹੈ ਕਿ ਉਹਦੀ ਜਿਹੜੀ ਮਰਨ ਵਾਲੇ ਦੀ ਵਾਈਫ ਹੈ ਪੁਸ਼ਪਿੰਦਰ ਕੌਰ, ਉਹਦੇ ਵੱਲੋਂ ਬੇਟੇ ਦਾ ਮਰਡਰ ਕੀਤਾ ਗਿਆ ਹੈ, ਜਿਸ ਬੇਸ 'ਤੇ ਅਸੀਂ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਐਂਡ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਇਸ ਮਰਡਰ ਦੀ ਗੁੱਥੀ ਨੂੰ ਸੁਲਝਾ ਲਿਆ ਹੈ। ਇਹ ਮਰਨ ਵਾਲਾ ਹਰਵਿੰਦਰਪਾਲ ਸਿੰਘ, ਇਹਦੀ ਜਿਹੜੀ ਵਾਈਫ ਹੈ ਪੁਸ਼ਪਿੰਦਰ ਕੌਰ, ਇਹ ਇੱਕ ਕੋਚਿੰਗ ਸੈਂਟਰ GPL ਅਕੈਡਮੀ ਨਾਂ ਦਾ ਕੋਚਿੰਗ ਸੈਂਟਰ ਚਲਾਉਂਦੀ ਹੈ, ਜਿੱਥੇ ਕਿ ਇਹਦੀ ਫਰੈਂਡਸ਼ਿਪ ਉੱਥੇ ਇੱਕ ਸਟੂਡੈਂਟ ਸੀ ਉਹਦੇ ਨਾਲ ਹੋ ਗਈ, ਜਸਪ੍ਰੀਤ ਨਾਲ ਹੋ ਗਈ, ਐਂਡ ਇਹਨਾਂ ਦੋਨਾਂ ਦੇ ਆਪਸ ਦੇ ਵਿੱਚ ਗਲਤ ਸੰਬੰਧ ਬਣ ਗਏ ਅਤੇ ਜਦੋਂ ਮਰਨ ਵਾਲੇ ਨੂੰ ਇਹਨਾਂ ਦੇ ਸੰਬੰਧਾਂ ਦਾ ਪਤਾ ਲੱਗਿਆ ਤਾਂ ਉਹ ਰੋਕਦਾ ਸੀ ਅਤੇ ਨਾਲ ਹੀ ਆਪਣੀ ਵਾਈਫ ਨੂੰ ਮਾਰਦਾ ਕੁੱਟਦਾ ਵੀ ਸੀ ਅਤੇ ਇਹ ਧਮਕੀ ਦੇ ਰਿਹਾ ਸੀ ਕਿ ਮੈਂ ਤੁਹਾਨੂੰ ਦੋਨਾਂ ਨੂੰ ਮਾਰ ਦੇਣਾ ਹੈ, ਅਤੇ ਉਸ ਤੋਂ ਪਿੱਛਾ ਛੁਡਾਉਣ ਲਈ ਇਹਨਾਂ ਦੋਵਾਂ ਨੇ ਆਪਣੇ ਇੱਕ ਕੰਟਰੈਕਟ ਕਿਲਰ ਰਾਜੇਸ਼ ਉਰਫ ਜਿੰਦਲ ਨੂੰ ਹਾਇਰ ਕੀਤਾ ਐਂਡ 3 ਲੱਖ ਰੁਪਏ ਦੇ ਵਿੱਚ ਇਹਨਾਂ ਦਾ ਸੌਦਾ ਹੋਇਆ ਕਿ ਉਹ ਉਹਨੂੰ ਮਾਰ ਦੇਣਗੇ ਅਤੇ ਉਸ ਤੋਂ ਬਾਅਦ ਇਹਨਾਂ ਤਿੰਨੋਂ ਨੇ ਮਿਲ ਕੇ ਪਹਿਲਾਂ ਮਰਨ ਵਾਲੇ ਨੂੰ ਨਸ਼ੀਲੀ ਗੋਲੀਆਂ ਦਿੱਤੀਆਂ, ਜਦੋਂ ਉਹ ਬੇਹੋਸ਼ ਹੋ ਗਿਆ ਇਹਨਾਂ ਨੇ ਬਰਫ਼ ਵਾਲਾ ਸੂਆ ਮਾਰ ਕੇ ਅਤੇ ਉਹਦਾ ਮਰਡਰ ਕਰ ਦਿੱਤਾ ਅਤੇ ਉਸ ਤੋਂ ਬਾਅਦ ਜਿਹੜਾ ਆਪਣਾ ਖੂਨ ਵਗੈਰਾ ਸੀ, ਬਿਸਤਰ ਵਗੈਰਾ ਸੀ, ਉਹ ਸਾਰੇ ਸਾਫ਼ ਕਰ ਦਿੱਤੇ ਤਾਂ ਕਿ ਰਿਸ਼ਤੇਦਾਰਾਂ ਨੂੰ ਪਤਾ ਨਾ ਚੱਲੇ ਐਂਡ ਅਗਲੇ ਦਿਨ ਜਦੋਂ ਰਿਸ਼ਤੇਦਾਰਾਂ ਨੇ ਪੁੱਛਿਆ ਕਿ ਬਈ ਇਹ ਤਾਂ ਖੂਨ ਪਿਛਲੇ ਪਾਸੇ ਖੂਨ ਨਿਕਲ ਰਿਹਾ ਹੈ ਅਤੇ ਉਹਨਾਂ ਨੇ ਕਿਹਾ ਕਿ ਇਹਨੂੰ ਇਨਫੈਕਸ਼ਨ ਹੋ ਗਈ ਹੈ, ਇਸ ਕਰਕੇ ਇਹ ਫੁੰਸੀਆਂ ਵਗੈਰਾ ਹੋ ਗਈ ਸੀ ਅਤੇ ਉਹਨਾਂ ਦਾ ਖੂਨ ਹੈ, ਅਤੇ ਇਹਨਾਂ ਨੇ ਰਿਸ਼ਤੇਦਾਰਾਂ ਨੂੰ ਗੁੰਮਰਾਹ ਕਰਕੇ ਅਗਲੇ ਦਿਨ ਇਹਦਾ ਸੰਸਕਾਰ ਕਰਵਾ ਦਿੱਤਾ ਅਤੇ ਲੇਕਿਨ ਪੁਲਿਸ ਨੇ ਜਿਹੜੇ ਆਪਣੀ ਡੂੰਘਾਈ ਨਾਲ ਪੜਤਾਲ ਕਰਕੇ ਜੋ ਸੂਆ ਹੈ, ਜੋ ਔਰ ਮਰਡਰ ਦੇ ਵਿੱਚ ਹਥਿਆਰ, ਜੋ ਆਪਣੇ ਤਕੀਏ ਵਗੈਰਾ ਹੈ, ਚਾਦਰਾਂ ਜਿਨ੍ਹਾਂ ਦੇ ਵਿੱਚ ਖੂਨ ਲੱਗਿਆ ਹੋਇਆ ਹੈ, ਉਹ ਸਾਰੀ ਬਰਾਮਦ ਕਰ ਲਈ। ਨਿਰਪੱਖ ਪੋਸਟ ਲਈ ਲੁਧਿਆਣਾ ਤੋਂ ਟਿੰਕੂ ਕੁਮਾਰ ਦੀ ਰਿਪੋਰਟ।